ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਸੋ ਕੈਨੇਡਾ ਸਟੱਡੀ ਵੀਜ਼ਾ, ਇਹਦੇ ਬੰਦ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੋ ਗਏ। ਕਿਉਂ ਹੋ ਗਏ ਹੈ? ਆਪਾਂ ਜਦੋਂ ਸਕੂਲੇ ਪੜ੍ਹਦੇ ਸੀ ਇੱਕ ਕਹਾਣੀ ਸੁਣਦੇ ਸੀ ਕਿ ਇੱਕ ਲੱਕੜਹਾਰਾ ਲੱਕੜ ਲੈਣ ਦੇ ਲਾਲਚ ਜੰਗਲ ਜਾਂਦਾ ਹੈ ਅਤੇ ਉਹ ਲੱਕੜਾਂ ਇਕੱਠੀਆਂ ਕਰਨ ਦੇ ਲਾਲਚ ਵਿੱਚ ਇੱਕ ਵੱਡੀ ਬੇਵਕੂਫੀ ਕਰਦਾ ਕਿ ਜਿਹੜੀ ਟਾਹਣੀ 'ਤੇ ਆਪ ਬੈਠਾ ਹੈ ਉਹਨੂੰ ਹੀ ਵੱਢਣ ਲੱਗ ਜਾਂਦਾ। ਸੋ ਕੁਛ ਸਾਡੇ ਸਟੂਡੈਂਟ ਕੈਨੇਡਾ ਬੈਠੇ ਅੱਜ ਦੀ ਡੇਟ 'ਚ ਇਹੀ ਕੰਮ ਕਰ ਰਹੇ ਨੇ ਕਿ ਜਿਹੜੀ ਟਾਹਣੀ 'ਤੇ ਉਹ ਬੈਠੇ ਨੇ ਉਸ ਟਾਹਣੀ ਨੂੰ ਹੀ ਉਹ ਵੱਢ ਦੇਣਾ ਚਾਹੁੰਦੇ ਆ। ਪਿਛਲੇ 2-3 ਮਹੀਨਿਆਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਬੱਚਾ ਕੈਨੇਡਾ ਤੋਂ US ਡੌਂਕੀ ਲਾ ਕੇ ਗਿਆ। ਇਹ ਖਬਰ ਹੁਣ US ਦੀਆਂ ਖਬਰਾਂ 'ਚ ਆ ਚੁੱਕੀ ਹੈ, ਨਿਊਜ਼ ਚੈਨਲਾਂ 'ਚ ਆ ਚੁੱਕੀ ਹੈ। ਗੌਰਮੈਂਟ ਉੱਥੇ ਦੀ ਆਲਰੇਡੀ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਹੈ, ਚੇਂਜ ਹੋਣ ਦੇ ਵਿੱਚ ਹੈ, ਔਰ US ਆਲਰੇਡੀ ਇੱਕ ਪਨਾਮਾ ਨਾਲ ਐਗਰੀਮੈਂਟ ਕਰ ਚੁੱਕਾ। ਜੇ ਤੁਸੀਂ ਉਹ ਵੀ ਖਬਰ ਸੁਣੀ ਹੋਵੇ ਕਿ ਹੁਣ ਜਿਹੜੇ ਜੰਗਲਾਂ ਦੇ ਥਰੂ ਜਾਂਦੇ ਸੀਗੇ ਕੰਧਾਂ ਟੱਪਣ ਮੈਕਸੀਕੋ ਦੀਆਂ, ਉਹਨਾਂ ਨੂੰ ਪਨਾਮਾ ਉੱਥੋਂ ਹੀ ਡਿਪੋਰਟ ਕਰ ਰਿਹਾ, ਉਹ US ਤੱਕ ਨਹੀਂ ਪਹੁੰਚ ਪਾ ਰਹੇ। ਔਰ ਦੂਜਾ ਰਸਤਾ ਸਾਡੇ ਬੱਚਿਆਂ ਨੇ ਖੋਲ੍ਹ ਦਿੱਤਾ ਕੈਨੇਡਾ ਤੋਂ ਤੁਰ ਕੇ US ਜਾਣ ਵਾਲਾ। ਹੁਣ ਗੌਰਮੈਂਟ ਦੀਆਂ ਨਜ਼ਰਾਂ 'ਚ ਇਹ ਚੀਜ਼ ਆ ਗਈ ਹੈ, ਔਰ ਜਿੱਦਣ ਇਹ ਕਹਾਣੀ ਬਦਲੀ, ਚਾਹੇ US ਦੀ ਨਵੀਂ ਸਰਕਾਰ ਬਦਲਣ ਤੋਂ ਬਾਅਦ ਅਤੇ ਚਾਹੇ ਕੈਨੇਡਾ ਦੀ ਨਵੀਂ ਸਰਕਾਰ ਆਉਣ ਤੋਂ ਬਾਅਦ, ਅਤੇ ਜੇ ਤੁਸੀਂ ਜ਼ਿਆਦਾ ਪਟਾਕੇ ਪਾਏ ਤਾਂ ਹੋ ਸਕਦਾ ਉਸ ਤੋਂ ਪਹਿਲਾਂ, ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਬਰਦਸਤ ਨਕੇਲ ਸਟੱਡੀ ਵੀਜ਼ਾ ਦੇ ਉੱਤੇ ਆਊਗੀ ਕੈਨੇਡਾ ਦੇ। ਕਿਉਂਕਿ ਤੁਸੀਂ ਹੁਣ ਉਸੇ ਟਾਹਣੀ ਨੂੰ ਵੱਢਣ ਲੱਗ ਗਏ ਹੋ ਜਿਹੜੀ ਦਰਖਤ ਦੇ ਉੱਤੇ, ਜਿਹੜੀ ਟਾਹਣੀ ਦੇ ਉੱਤੇ ਤੁਸੀਂ ਬੈਠੇ ਹੋ ਲੱਕੜ ਇਕੱਠੀ ਕਰਨ ਦੇ ਲਈ, ਹੋਰ ਲੱਕੜ ਛਾਂਗਣ ਦੇ ਲਈ, ਅਤੇ ਤੁਸੀਂ ਐਂਡ 'ਚ ਹੁਣ ਆਪਣੀ ਹੀ ਲੱਕੜ ਜਿਹਦੇ 'ਤੇ ਖੜ੍ਹੇ ਹੋ ਉਹਨੇ ਵੱਢੀ ਜਾਂਦੇ। ਕਿਉਂਕਿ ਅਗਰ ਇਹ ਕਾਂਡ ਹੋਇਆ ਔਰ ਇਹ ਜ਼ਰੂਰਤ ਤੋਂ ਜ਼ਿਆਦਾ ਹੋਣ ਲੱਗ ਗਿਆ ਤਾਂ ਇਹਦਾ ਵੱਡਾ ਜੁਰਮਾਨਾ ਬੱਚੇ ਭੁਗਤਣਗੇ ਆਉਣ ਵਾਲੇ ਦਿਨਾਂ 'ਚ। ਕਿਉਂਕਿ US ਕੈਨੇਡਾ ਹੁਣ ਆਪਣੇ ਵਿੱਚ ਦੋਨੇ ਕੰਟਰੀਆਂ 'ਤੇ ਉਹ ਮੈਕਸੀਕੋ ਵਾਂਗੂ ਕੰਧ ਨਹੀਂ ਖਿੱਚਣ ਲੱਗੀਆਂ, ਉਹਨਾਂ ਦੀ ਆਪਸ 'ਚ ਇਕੋਨਮੀ ਬਹੁਤ ਸਟਰੋਂਗ ਹੈ। ਸੋ ਉਹ ਕੀ ਕਰਨਗੇ ਕਿ ਉਹ ਕੈਨੇਡਾ ਦੇ ਥਰੂ ਜਿਹੜੇ ਬੱਚੇ ਆ ਰਹੇ ਆ ਉਹਨਾਂ ਬੱਚਿਆਂ ਦੇ ਸਿਸਟਮ ਦੇ ਉੱਤੇ ਨਕੇਲ ਬਣਾਉਣਗੇ, ਚਾਹੇ ਉਹਨਾਂ ਦੀ ਰਿਕਰੂਟਮੈਂਟ ਨੂੰ ਟਫ ਕਰ ਦੇਣ, ਚਾਹੇ ਉਹਨਾਂ ਦੀਆਂ ਰਿਕੁਆਇਰਮੈਂਟਾਂ ਨੂੰ ਟਫ ਕਰ ਦੇਣ, ਚਾਹੇ ਉਹਨਾਂ ਦੇ ਰਿਫਿਊਜ਼ਲ ਰੇਟ ਵੱਧ ਜਾਣ। ਕਿਉਂਕਿ ਅੱਜ ਦੀ ਡੇਟ 'ਚ ਤਾਂ ਕੈਨੇਡਾ ਫਿਰ ਵੀ 90% ਪਲੱਸ ਵੀਜ਼ਾ ਦੇ ਰਿਹਾ, ਬਟ ਜੇ ਆਹ ਇੱਕ ਇਮੀਗ੍ਰੇਸ਼ਨ ਇਸ਼ੂ ਉੱਥੇ ਕਰ ਦਿੱਤਾ ਤੁਸੀਂ ਜਿਹੜਾ ਕਿ ਅੱਜ ਤੱਕ ਨਹੀਂ ਸੀ ਹੋਇਆ, 20 ਸਾਲਾਂ ਤੋਂ ਬੱਚੇ ਉੱਥੇ ਜਾ ਰਹੇ ਸੀਗੇ, ਅੱਜ ਤੱਕ ਇਹ ਸਿਚੁਏਸ਼ਨ ਤੁਸੀਂ ਕ੍ਰੀਏਟ ਨਹੀਂ ਸੀ ਕੀਤੀ, ਬਟ ਹੁਣ ਗਲਤ ਅਨਸਰਾਂ ਨੇ ਆਹ ਇੱਕ ਨਵਾਂ ਤਰੀਕਾ ਉੱਥੇ ਕ੍ਰੀਏਟ ਕਰ ਲਿਆ ਜਿਹਦਾ ਵੱਡਾ ਜੁਰਮਾਨਾ ਜਾਣ ਵਾਲੇ ਬੱਚੇ ਫਿਊਚਰ 'ਚ ਜਿਹੜੇ ਇੱਥੋਂ ਜਾਣਾ ਚਾਹੁੰਦੇ ਨੇ ਆਉਣ ਵਾਲੇ ਦਿਨਾਂ 'ਚ, ਜਿਹੜੇ ਪਰਿਵਾਰ ਜਾਣਾ ਚਾਹੁੰਦੇ ਨੇ, ਜਿਹੜੇ ਲੋਕ ਟੂਰਿਸਟ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ, ਇਹ ਸਾਰੇ ਹੀ ਫਸਣਗੇ, ਇਹ ਸਾਰੇ ਹੀ ਫਸਣਗੇ। ਕਿਉਂਕਿ US ਇਹ ਚੀਜ਼ ਨੂੰ ਐਂਟਰਟੇਨ ਨਹੀਂ ਕਰੂਗਾ, ਔਰ ਕਿਸੇ ਹੱਦ ਤੱਕ ਇਹਦੇ ਪਿੱਛੇ ਪੂਰੀ ਦੀ ਪੂਰੀ ਤੁਸੀਂ ਆਪਣੀ ਕਮਿਊਨਿਟੀ ਸੁਸਾਇਟੀ ਦੀ ਇਮੇਜ ਨੂੰ ਵੀ ਟਾਰਨਿਸ਼ ਕਰ ਦਿਓ। ਸੋ ਇਹ ਜ਼ਿੰਮੇਵਾਰੀ ਤੁਹਾਡੇ 'ਤੇ ਹੈ, ਤੁਸੀਂ ਕੀ ਕਰਨਾ। ਇੰਨੇ ਅੰਨੇ ਨਹੀਂ ਹੋ ਜਾਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਇਸ ਪਾਸੇ ਨੂੰ ਤੁਰ ਪਵੋ। ਤੁਸੀਂ ਕੈਨੇਡਾ ਗਏ ਹੋ, ਚੰਗੇ ਆਈਲੈਟ ਸਕੋਰ ਲੈ ਕੇ ਗਏ ਹੋ, ਚੰਗੇ PT ਸਕੋਰ ਲੈ ਕੇ ਗਏ ਹੋ, ਭਾਈ ਜੇ US ਜਾਣਾ ਜ਼ਰੂਰੀ ਹੈ ਤਾਂ ਇੰਟਰਵਿਊ ਦਵੋ, ਆਪਣਾ USA ਦਾ ਵੀਜ਼ਾ ਲਵੋ, ਫਿਰ ਅੰਦਰ ਜਾ ਕੇ ਹੋ ਜਾਓ, ਜੋ ਕਰਨਾ ਕਰ ਲਓ ਜਾ ਕੇ, ਜਿਹੜੀਆਂ ਰਿਫਿਊਜੀ ਅਪਲਾਈ ਕਰਨੀਆਂ। ਪਰ ਜਿਹੜੀਆਂ ਤੁਸੀਂ ਉੱਥੇ ਕੰਧਾਂ ਟੱਪਣ ਲੱਗ ਗਏ ਹੋ, ਤੁਰ ਤੁਰ ਕੇ ਵੜਨ ਲੱਗ ਗਏ ਹੋ, ਇਹ ਨੁਕਸਾਨ ਬੜੇ ਜ਼ਿਆਦਾ ਝੱਲਣੇ ਪੈਣਗੇ ਪਿੱਛੇ ਜਾਣ ਵਾਲੀਆਂ ਪੁਸ਼ਤਾਂ ਨੂੰ, ਤੁਹਾਡੇ ਜਿਹੜੇ ਪਿੱਛੇ ਭੈਣ ਭਰਾ ਆ ਜਾਂ ਹੋਰ
ਜਿਹੜੇ ਗਰੀਬ ਮਾਂ ਪਿਓ ਦੇ ਬੱਚੇ ਸੀ ਜਿਹੜੇ ਉੱਥੇ ਆਪਣੀ ਜ਼ਿੰਦਗੀ ਬਣਾ ਸਕਦੇ ਸੀ, ਆਪਣੇ ਪਰਿਵਾਰ ਦੀ ਸ਼ਕਲ ਬਦਲ ਸਕਦੇ ਸੀ, ਤੁਸੀਂ ਉਹਨਾਂ ਸਾਰਿਆਂ ਦੇ ਬੇੜੀਆਂ 'ਚ ਵੱਟੇ ਪਾ ਰਹੇ ਹੋ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।